ਲੈ ਵੀ ਸੱਜਣੋ, ਪੰਜ ਚਾਰ ਦਿਨ ਤੁਹਾਨੂੰ ਕਤਰ ਦਿਖਾਵਾਂਗੇ। ਕਤਰ ਨੂੰ ਚੱਲੇ ਹਾਂ ਬਾਈ ਜਗਰਾਜ ਸਿੰਘ ਤਖ਼ਤ ਉੱਪਰੇ ਵਾਲਿਆਂ ਦੇ ਨਾਲ, ਉਹਨਾਂ ਦੀ ਸਾਰੀ ਫੈਮਿਲੀ ਆ, ਬਾਲ ਬੱਚੇ ਆ, ਇਹਨਾਂ ਦੇ ਨਾਲ ਪਹੁੰਚਣ ਲੱਗੇ ਹਾਂ ਜੀ ਕਤਰ। ਠੀਕ ਹੈ ਜੀ ਸੱਜਣੋ, ਤੁਹਾਨੂੰ ਦਿਖਾਉਂਦੇ ਹਾਂ ਸਫ਼ਰ, ਆਪਣੇ ਦਿੱਲੀ ਏਅਰਪੋਰਟ ਦੀਆਂ ਤਸਵੀਰਾਂ ਸੱਜਣੋ। ਇੱਥੇ ਅਸੀਂ ਚੈੱਕ ਚੁੱਕ ਕਰਾ ਕੇ ਸਿਕਿਉਰਿਟੀ ਬੈਠ ਗਏ। ਅਸਲ ਦੇ ਵਿੱਚ ਮੈਂ ਅਤੇ ਮੇਰੀ ਮਿਸਿਜ ਨੇ ਦੋਨਾਂ ਨੇ ਜਾਣਾ ਸੀ, ਉਹਦੇ ਕਾਗਜ਼ਾਂ 'ਚ ਪ੍ਰੋਬਲਮ ਨਿਕਲੀ ਅਤੇ ਇਸ ਕਰਕੇ ਮੈਨੂੰ ਇਕੱਲੇ ਨੂੰ ਜਾਣਾ ਪਿਆ। ਮੈਂ ਇਹ ਕਹਿ ਸਕਦਾ ਕਿ ਮੈਨੂੰ ਇਕੱਲੇ ਨੂੰ ਜਾਣਾ ਪਿਆ, ਅਸਲ ਦੇ ਵਿੱਚ ਅਸੀਂ ਦੋਨਾਂ ਨੇ ਜਾਣਾ ਸੀ। ਕੋਈ ਗੱਲ ਨਹੀਂ, ਅਗਲੀ ਵਾਰ ਅਸੀਂ ਦੋਨੇ ਜਾਵਾਂਗੇ ਅਤੇ ਆ ਬਾਕੀ ਦੀ ਫੈਮਿਲੀ ਨਾਲ ਆ ਬਾਈ ਜਗਰਾਜ ਹੋਣਾ ਦੀ। ਅਤੇ ਆਪਾਂ ਚੱਲਦੇ ਹਾਂ ਜਹਾਜ਼ ਦੇ ਵਿੱਚ, ਇਦੋਂ ਗਾਂਹ ਵਾਲਾ ਸਫ਼ਰ ਤੁਹਾਨੂੰ ਜਹਾਜ਼ ਵਾਲਾ ਵੀ ਦਿਖਾਉਣਾ ਮੈਂ, ਵੀ ਕਿਵੇਂ ਹੋਇਆ, ਕਿੰਨੇ ਕਾ, ਕਈ ਘੋੜ ਮੋੜ ਜੇ ਮੁੜ ਕੇ, ਕਈ ਮਤਲਬ ਰਾਹ ਮੁੜ ਕੇ ਫੇਰ ਕਿਤੇ ਜਾ ਕੇ ਬੀਹੀ ਜੀ ਭੀੜੀ ਜੀ ਜਹਾਜ਼ ਦੇ ਵਿੱਚ ਜਾਂਦੀ ਸੀ ਸੱਜਣੋ। ਲੈ ਵੀ ਆ ਗਿਆ, ਮੰਨ ਲਓ ਜਹਾਜ਼ ਜਹਾਜ਼ ਬਸ ਐਂ ਜੇ ਕਹਿ ਲਓ ਵੀ ਪੁਲੀ ਜੀ ਹੁੰਦੀ ਆ, ਵੱਡੀ ਸਾਰੀ ਪੁਲੀ ਦੇ ਵਿੱਚ ਜਿਵੇਂ ਸੀਟਾਂ ਲਾਈਆਂ ਹੁੰਦੀਆਂ ਉਵੇਂ ਜੇ ਸਿਸਟਮ ਹੁੰਦਾ। ਅਤੇ ਜਿਹੜੇ ਤਾਂ ਜਾਂਦੇ ਆ ਉਹ ਤਾਂ ਜਾਣਦੇ ਆ ਵੀ ਪਹਿਲਾਂ ਸੀਟ ਬੈਲਟਾਂ ਆਹਾ ਜਾਕਟਾਂ ਲਾਈਫ ਜਾਕਟਾਂ ਜੁਗਟਾਂ ਕਿਵੇਂ ਵਰਤਣੀਆਂ, ਫਿਰ ਇਹ ਤਾਂ ਝੁੱਟੀ ਲਾਉਂਦੇ ਆ ਬੰਦੇ ਨੂੰ ਦੱਸਦੇ ਆ, ਅਤੇ ਫਿਰ ਉਹ ਤੋਂ ਬਾਅਦ ਫਿਰ ਹੱਕ ਦਿੰਦੇ ਆ ਜਹਾਜ਼। ਅਤੇ ਜੇ ਬਾਰੀ ਵਾਲੇ ਪਾਸੇ ਬਹਿਣਾ ਨਸੀਬ ਹੋਏ ਤਾਂ ਬੜਾ ਸਵਾਦ ਆਉਂਦਾ ਫਿਰ ਦੇਖਣ ਦਾ। ਅਤੇ 3 ਘੰਟਿਆਂ ਦਾ, 3.5 ਘੰਟਿਆਂ ਦਾ ਸਫ਼ਰ ਸੀ, ਅਤੇ ਮੈਨੂੰ ਤਾਂ ਅੱਖ ਜੀ ਖੁੱਲ੍ਹੀ ਜਦੋਂ ਤਾਂ ਦੇਖਿਆ ਸਾਹਮਣੇ ਮੈਨੂੰ ਸਟੇਡੀਅਮ ਦਿਸ ਰਿਹਾ ਸੀ ਆਹ। ਮੈਂ ਦਵਾ ਦਾ ਵੀਡੀਓ ਬਣਾਈ ਅਤੇ ਫਿਰ ਪਤਾ ਲੱਗਿਆ ਕਿ ਭਾਈ ਇਹ ਤਾਂ ਅਸੀਂ ਪਹੁੰਚ ਚੁੱਕੇ ਹਾਂ ਕਤਰ। ਅਤੇ ਕਤਰ ਦਾ ਆਹ ਏਅਰਪੋਰਟ ਆ ਜਿੱਥੇ ਅਸੀਂ ਪਹੁੰਚੇ, ਬਹੁਤ ਸਾਫ਼, ਮਤਲਬ ਕਤਰ 'ਤੇ ਜਦੋਂ ਏਅਰਪੋਰਟ 'ਤੇ ਉਤਰੇ ਤਾਂ ਉਦੋਂ ਹੀ ਮਹਿਸੂਸ ਹੋਣ ਲੱਗ ਗਿਆ ਕਿ ਦੁਨੀਆ ਦੀ ਕਿਸੇ ਆਲਾ ਕੰਟਰੀ ਦੇ ਵਿੱਚ ਆਪਾਂ ਆਏ ਹਾਂ। ਬੜੀ ਸਾਫ਼, ਅਤੇ ਇਹ ਸਮੁੰਦਰ ਦੇ ਵਿੱਚ ਬਣਿਆ ਹੋਇਆ ਏਅਰਪੋਰਟ ਇਹ। ਇਸ ਤੋਂ ਅੱਗੇ ਮੈਨੂੰ ਇਕੱਲੇ ਨੂੰ ਜਾਣਾ ਪੈਣਾ ਸੀ ਕਿਉਂਕਿ ਉਹ ਜਿਹੜੀ ਫੈਮਿਲੀ ਆ ਉਹ ਤਾਂ ਆਪਣੇ ਘਰ ਜਾਊਗੀ, ਅਤੇ ਮੈਨੂੰ ਕਰੋਨਾ ਟੈਸਟ ਲਈ 1 ਦਿਨ ਹੋਟਲ 'ਚ ਰਹਿਣਾ ਪਊਗਾ। ਲੈ ਬਈ ਇੱਥੇ ਇਹ ਮੈਨੂੰ ਨਹੀਂ ਜਾਣਦੇ ਅਤੇ ਮੈਂ ਇਹਨਾਂ ਨੂੰ ਨਹੀਂ ਜਾਣਦਾ, ਬਾਈ ਜਗਰਾਜ ਨੇ ਸਿੱਧਾ ਕਰਕੇ ਛੱਡਤਾ, ਹੁਣ ਮੈਨੂੰ ਲੈ ਕੇ ਜਾਊਗਾ। ਕਿਹੜੀ ਗੱਡੀ 'ਚ ਲੈ ਕੇ ਜਾਊਗਾ? ਕੈਮਰੀ 'ਚ। ਲਓ ਜੀ ਕੈਮਰੀ ਚੱਲ ਪਈ ਆ, ਇੱਥੋਂ ਬਾਟ ਦੱਸਦੇ ਆ 13 ਕਿਲੋਮੀਟਰ 17 ਮਿੰਟ, ਨੈਵੀਗੇਸ਼ਨ ਦੱਸਦਾ। ਹੁਣ ਆਪਾਂ 17 ਮਿੰਟ ਕਤਰ ਦੇਖਾਂਗੇ ਲਾਈਫ 'ਚ ਪਹਿਲੀ ਵਾਰ। ਕਹਿੰਦੇ ਏਅਰਪੋਰਟ ਆ ਜਿਹੜਾ ਸਾਰਾ ਬਣਿਆ ਹੋਇਆ ਸਮੁੰਦਰ ਦੇ ਵਿੱਚ ਬਣਿਆ ਹੋਇਆ ਏਅਰਪੋਰਟ। ਅਤੇ ਨੋਵਾ ਗੱਡੀ ਬਾਈ ਇੱਥੇ ਵੀ ਬਹੁਤ ਜ਼ਿਆਦਾ ਟੈਕਸੀ ਦੇ ਵਿੱਚ ਆ। ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਜਿੰਨੀ ਵੀ ਤੁਹਾਨੂੰ ਗੱਡੀ ਦਿਸੂਗੀ ਸਾਰੀ ਨੋਵਾ ਕ੍ਰੈਸਟਾ ਹੀ ਦਿਸੂਗੀ ਟੈਕਸੀ ਦੇ ਵਿੱਚ, ਨੋਵਾ ਕ੍ਰੈਸਟਾ। ਇਹ ਕਾਮਨ ਗੱਲ ਲੱਗੀ ਪਹਿਲੀ। ਇਹ ਆ ਸੋਹਣੇ ਸੱਜਣੋ ਕਤਰ, ਉਹ ਸਾਹਮਣੇ ਬੋਰਡ ਲੱਗਿਆ, ਲਾਈਟਿੰਗ ਪੈਂਦੀ ਆ, ਨਹੀਂ ਦਿਸਣਗੇ ਸ਼ਾਇਦ। ਇਹ ਆ ਜੀ ਕਤਰ, ਇੱਧਰਲੇ ਪਾਸੇ ਨੂੰ ਤੁਹਾਨੂੰ ਦਿਖਾ ਦਿੰਦਾ। ਕਹਿੰਦੇ ਵੀ ਸਾਰਿਆਂ ਨਾਲੋਂ ਸੋਹਣੇ, ਸਾਰਿਆਂ ਨਾਲੋਂ ਸੋਹਣੇ ਦੇਸ਼ਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਇਹਨੂੰ। ਕਿੱਥੋਂ ਤੱਕ ਦੁਨੀਆ ਵਸਾ ਲਈ ਯਾਰ, ਮਨੁੱਖ ਦੇ ਦਿਮਾਗ ਨੂੰ ਸਲਾਮ ਤਾਂ ਬਣਦਾ ਯਾਰ, ਹੈ ਨਾ। ਕਮਾਲ ਦਾ ਜੀਵ ਆ ਮੁਲਕ ਬੰਦਾ ਜਿਹਨੇ ਭਾਸ਼ਾ ਵੀ ਨਾ ਜਾਣਦੇ ਹੋਏ
ਇੱਕ ਦੂਜੇ ਨਾਲ ਰਿਸ਼ਤੇ ਨਾ ਹੁੰਦੇ ਹੋਏ ਵੀ ਰਾਹ ਕੱਢ ਲੈਂਦਾ। ਹੁਣ ਮੈਂ ਇਹਦੀ ਭਾਸ਼ਾ ਨਹੀਂ ਸਮਝਦਾ, ਇਹ ਮੇਰੀ ਭਾਸ਼ਾ ਨਹੀਂ ਸਮਝਦਾ, ਪਰ ਨਾ ਇਹ ਮੈਨੂੰ ਕਿਸੇ ਵੀ ਗਲਤ ਥਾਂ 'ਤੇ ਲੈ ਕੇ ਜਾਊਗਾ, ਨਾ ਮੈਂ ਇਹਨੂੰ ਪਰੇਸ਼ਾਨ ਕਰੂੰਗਾ। ਮਤਲਬ ਤੁਸੀਂ ਦੇਖੋ ਵੀ ਕਮਾਲ ਦਾ ਸਿਸਟਮ ਬਣ ਗਿਆ ਕਿ ਅੱਗੇ ਆਉਂਦਾ ਅਗਲਾ ਆਉਂਦਾ ਸੀ ਭਾਸ਼ਾ ਆਉਂਦੀ ਹੋਣੀ ਜ਼ਰੂਰੀ ਹੈ, ਇੱਥੇ ਡੱਕੇ ਦੀ ਲੋੜ ਨਹੀਂ ਯਾਰ। ਜੇ ਤੁਸੀਂ ਦੁਨੀਆ ਘੁੰਮਣੀ ਹੈ ਯਾਰ, ਤੁਹਾਨੂੰ ਯਾਰ ਸਭ ਕੁਛ ਐਟੋਮੈਟਿਕ ਹੀ ਹੋਈ ਜਾਂਦਾ ਯਾਰ, ਇੰਨਾ ਸੌਖਾ ਕਰਤਾ ਯਾਰ ਸਿਸਟਮ ਨੇ, ਇੰਨਾ ਸੌਖਾ ਕਰਤਾ। ਮੈਂ ਏਅਰਪੋਰਟ 'ਤੇ ਬਾਹਰ ਨਿਕਲਿਆ, ਉੱਥੇ ਸਾਰੇ ਅਰਬੀ ਬੋਲਦੇ ਸੀ ਯਾਰ, ਅਤੇ ਥਾਂ ਥਾਂ ਕਾਗਜ਼ ਪੱਤਰ ਚੈੱਕ ਹੋਏ ਆ। ਮਤਲਬ ਕਿਸੇ ਥਾਂ ਮੈਨੂੰ ਐਂ ਨਹੀਂ ਲੱਗਿਆ ਵੀ ਯਾਰ ਮੈਨੂੰ ਇਹਨਾਂ ਦੀ ਭਾਸ਼ਾ ਆਉਂਦੀ ਹੋਣੀ ਜ਼ਰੂਰੀ ਹੈ, ਜਾਂ ਮੈਨੂੰ ਅੰਗਰੇਜ਼ੀ ਵੀ ਮੈਨੂੰ ਤਾਂ ਕੱਲਾ ਥੈਂਕ ਯੂ ਅਤੇ ਸੌਰੀ ਤੋਂ ਬਿਨਾਂ ਹੋਰ ਕੁਛ ਨਹੀਂ ਆਉਂਦਾ, ਅਤੇ ਉਹ ਤੋਂ ਬਿਨਾਂ ਵੀ ਕੰਮ ਚੱਲ ਗਿਆ। ਕਿੱਡਾ ਵੱਡਾ ਪੰਪ ਓਏ, ਬਲੇ ਬਲੇ ਬਲੇ। ਹਲੋ ਜੀ, ਸਾਡੀ ਬਾਟ ਰਹਿ ਗਈ ਆ ਇੱਥੋਂ 8 ਕੁ ਮਿੰਟਾਂ ਦੀ, 8 ਕੁ ਮਿੰਟਾਂ ਨੂੰ ਤੁਹਾਨੂੰ ਜਾ ਕੇ ਮੈਂ ਹੋਟਲ ਦਿਖਾਊਂਗਾ ਕਿ ਭਾਈ 2 ਘੰਟਿਆਂ ਦਾ ਆਪਣੇ ਨਾਲੋਂ ਫਰਕ ਹੈ, ਇੰਡੀਆ ਨਾਲੋਂ ਜਿੰਨਾ ਕੁ ਮੇਰਾ ਅੰਦਾਜ਼ਾ ਹੈ। ਵੀ ਇੱਥੇ ਮੇਰੇ ਮੋਬਾਈਲ 'ਤੇ 12:30 ਵਜੇ ਹੈ, ਇਹਨਾਂ ਦੀ ਘੜੀ 'ਤੇ 10:30 ਕੁ ਦਾ ਟਾਈਮ ਦਿਖਾਉਂਦਾ ਹੈ। ਲੈ ਵੀ ਹੋਟਲ 'ਚ ਆ ਗਿਆ ਮੈਂ, ਕੋਈ ਪਰੇਸ਼ਾਨੀ ਨਹੀਂ ਭਾਸ਼ਾ ਦੀ, ਕਾਗਜ਼ਾਂ 'ਤੇ ਚੱਲਦਾ ਬੰਦਾ ਮੈਂ ਵੇਖ ਲਿਆ ਹਿਸਾਬ ਕਿਤਾਬ। 204 ਨੰਬਰ ਕਮਰਾ ਉਹ ਸਾਹਮਣੇ ਆ, ਉਹ 'ਚ ਜਾਣਾ। ਕੋਈ ਡਿੱਕਾ ਫੜਿੱਕਾ ਸ਼ਾਇਦ ਕੋਈ ਸਫਾਈ ਸਫੂਈ ਦੀ ਪ੍ਰੋਬਲਮ ਆ, ਮੈਨੂੰ ਕਹਿੰਦਾ ਸਿੱਟ ਹੇਅਰ ਅਤੇ ਆਪ ਚੱਲਿਆ ਗਿਆ ਥੱਲੇ, ਹੁਣ ਆਊਗਾ ਸ਼ਾਇਦ। ਲੈ ਵੀ ਕੱਲ੍ਹ ਤੋਂ ਤੁਹਾਨੂੰ ਦਿਖਾਊਂਗਾ ਮੈਂ ਕਤਰ, ਅੱਜ ਮੈਂ ਹੋਟਲ 'ਚ ਪੈ ਗਿਆ ਆ ਕੇ। ਕੱਲ੍ਹ ਨੂੰ ਮੇਰਾ ਕਰੋਨਾ ਚੈੱਕ ਕਰਨਗੇ, ਫਿਰ ਉਸ ਤੋਂ ਬਾਅਦ ਆਪਾਂ ਸਾਰਾ ਘੁੰਮਾਂਗੇ। ਅਤੇ 3-4 ਕੁ ਦਿਨ ਮੈਂ ਇੱਥੇ ਹਾਂ, ਫਿਰ ਮੈਂ ਪਿੰਡ ਮੁੜ ਜੂੰਗਾ, ਫਿਰ ਮੇਰਾ ਕੰਮ ਕੁੰਮ ਬੁੱਕ ਆ। ਦੋਸਤਾਂ ਤੋਂ ਮਾਫੀ ਚਾਹੁੰਦਾ ਕਿ ਜਿੰਨਿਆਂ ਕੁ ਦਾ ਕੰਮ ਲੇਟ ਕਰਨਾ ਪਿਆ, ਲੇਟ ਤਰੀਕਾਂ ਦਿੱਤੀਆਂ ਸੱਜਣਾਂ ਨੂੰ, ਅਤੇ ਆ ਕੇ ਫਿਰ ਉਹੀ ਕੰਮ ਕਰਨਾ। ਇੱਥੇ ਮਿਸ ਕਰ ਰਿਹਾ ਮੈਂ ਪ੍ਰੀਤ ਨੂੰ, ਬਹੁਤ ਮਿਸ ਕਰ ਰਿਹਾ। ਮੈਨੂੰ ਐਂ ਲੱਗਦਾ ਕਿ ਪ੍ਰੀਤ ਹੁੰਦਾ ਤਾਂ ਖਾ ਜਾਂਦੇ ਖਾ ਕਤਰ ਨੂੰ। ਚਲੋ ਕੋਈ ਗੱਲ ਨਹੀਂ, ਅਗਲੀ ਵਾਰ ਪ੍ਰੀਤ ਸਹੀ, ਜਿਉਂਦੇ ਰਹੋ।